ਮੈਂ ਇੱਥੇ ਬਤੌਰ 112 ਤੇ ਟ੍ਰੈਫਿਕ ਇੰਚਾਰਜ ਲੱਗਾ ਜੀ ਫਲੌਰ ਦੇ ਵਿੱਚ। ਜਿਹੜੇ SSP ਸਾਹਿਬ ਬਹਾਦਰ ਜਲੰਧਰ ਵੱਲੋਂ ਇਹ ਟੀਮਾਂ ਤਿਆਰ ਕੀਤੀਆਂ ਗਈਆਂ, ਇੰਸਪੈਕਟਰ ਨਾਲ ਲਾ ਕੇ ਹਰ ਸਬ ਡਿਵੀਜ਼ਨ ਦੇ ਵਿੱਚ ਵੀ ਤੇ ਨਾਲ ਟ੍ਰੈਫਿਕ ਮੁਲਾਜ਼ਮ ਲਾਏ ਗਏ ਨੇ। 112 ਦੀਆਂ ਟੀਮਾਂ ਲਾਈਆਂ ਗਈਆਂ ਇਹ ਟ੍ਰੈਫਿਕ ਨੂੰ ਕੰਟਰੋਲ ਕਰਨ ਵਾਸਤੇ ਤੇ ਉਹ ਲੁੱਟਾਂ ਖੋਹਾਂ ਨੂੰ ਕੰਟਰੋਲ ਕਰਨ ਵਾਸਤੇ, ਸਨੈਚਿੰਗ ਨੂੰ ਕੰਟਰੋਲ ਕਰਨ ਵਾਸਤੇ ਲਾਈਆਂ ਗਈਆਂ ਜੀ ਸਪੈਸ਼ਲੀ। ਇਹਦੇ ਨਾਲ ਕਾਫੀ ਸਨੈਚਿੰਗ ਵਿੱਚ ਵੀ ਕਾਫੀ ਕੰਟਰੋਲ ਹੋਇਆ ਜੇ। ਬਾਕੀ ਜਿਹੜਾ ਹੈਗਾ ਕੁਛ ਸ਼ਿਕਾਇਤਾਂ ਆ ਰਹੀਆਂ ਵੀ ਸਕੂਲਾਂ ਦੇ ਛੁੱਟੀ ਦੇ ਟਾਈਮ ਜਿਹੜਾ ਗਰਲ ਸਕੂਲ ਆ ਉਹਨਾਂ ਦੇ ਕੁਛ ਮੰਡੀਰ ਵਾਧਾ ਜਿਹੜਾ ਆਣ ਕੇ ਆ ਉਹ ਗੇੜੇ ਮਾਰਦੇ ਆ, ਉਹਨਾਂ ਦੇ ਕਰਕੇ ਸਪੈਸ਼ਲੀ ਅਸੀਂ ਨਾਕੇ ਸਕੂਲਾਂ ਦੇ ਲਾਗੇ ਲਾਉਂਦੇ ਹਾਂ ਜਦੋਂ ਛੁੱਟੀ ਹੁੰਦੀ ਹੈ। ਅਤੇ ਜਿਹੜੇ ਵੀ ਵਹੀਕਲ ਬਿਨਾਂ ਕਾਗਜ਼ਾਂ ਦੇ ਚੱਲ ਰਹੇ ਨੇ ਉਹਨਾਂ ਦੇ ਅਸੀਂ ਸਪੈਸ਼ਲੀ ਚਲਾਨ ਕੱਟ ਰਹੇ ਹਾਂ। ਅੱਜ ਅਸੀਂ ਹੁਣ ਤੱਕ ਤਕਰੀਬਨ 7-8 ਮੋਟਰਸਾਈਕਲ ਬਾਊਂਡ ਕਰ ਚੁੱਕੇ ਹਾਂ ਜਿਹਨਾਂ ਦੇ ਕਾਗਜ਼ ਹੈ ਨਹੀਂ ਸੀ, ਘੱਟੋ ਘੱਟ ਵੀ 12-13 ਚਲਾਨ ਕਰ ਦਿੱਤੇ ਨੇ। ਜਿਹੜੇ ਮੋਟਰ ਵੀ ਕਲੈਕਟ ਦੀਆਂ ਮਤਲਬ ਕਿ ਉਲੰਘਣਾ ਕਰ ਰਹੇ ਸੀ। ਹਾਂਜੀ, ਹੁੱਲੜਬਾਜ਼ਾਂ ਨੂੰ ਮੈਸੇਜ ਇਹੋ ਹੀ ਆ ਵੀ ਉਹ ਆਪਣਾ ਹੁਣ ਆਪਣਾ ਆਪਣੇ ਕੰਮਾਂ ਕਾਰਾਂ ਦੇ ਵਿੱਚ ਨਿੱਜੀ ਧਿਆਨ ਦੇਣ। ਇਹ ਜਿਹੜੀ ਹੁੱਲੜਬਾਜ਼ੀ ਕਰਦੇ ਆਣ ਕੇ ਸਕੂਲਾਂ ਦੇ ਅੱਗੇ ਜਾਂ ਕਾਲਜਾਂ ਦੇ ਅੱਗੇ ਤੁਰੇ ਫਿਰਦੇ ਆ, ਇਹ ਇਹਨਾਂ ਦੇ ਪੂਰੀ ਕੰਟਰੋਲ ਕੀਤਾ ਜਾਊਗਾ। ਇਹਨਾਂ ਦੇ ਚਲਾਨ ਕੱਟੇ ਜਾ ਰਹੇ ਆ, ਜਿਹੜਾ ਕੋਈ ਵੀ ਵਾਰਾਗਰਦ ਜਿਹੜਾ ਫਿਰ ਰਿਹਾ ਵਾ ਉਹਨੂੰ ਬਖਸ਼ਿਆ ਨਹੀਂ ਜਾਊਗਾ। ਹਾਂਜੀ, ਅਸੀਂ ਫਿਲਹਾਲ ਜਿਹੜਾ ਅਵੇਅਰਨੈਸ ਕਰ ਰਹੇ ਹਾਂ ਸਾਰਿਆਂ ਨੂੰ, 18 ਸਾਲ ਤੋਂ ਘੱਟ ਕੋਈ ਵੀ ਵਹੀਕਲ ਨਹੀਂ ਚਲਾਊਗਾ, ਨਹੀਂ ਤੇ ਉਹਨਾਂ ਦੇ ਮਾਂ ਪਿਓ ਨੂੰ ਨਾ ਜਿਹਦੇ ਕੋਲ ਵਹੀਕਲ ਲੈ ਕੇ ਆ ਰਿਹਾ ਉਹਨਾਂ ਨੂੰ ਵੀ ਸਜ਼ਾ ਹੋ ਸਕਦੀ ਹੈ। ਇਹਦੇ ਨਾਲ ਕਾਫੀ ਕੰਟਰੋਲ ਹੋਇਆ ਵਾ, ਕੋਈ ਵੀ 18 ਸਾਲ ਤੋਂ ਘੱਟ ਹਲੇ ਤੱਕ ਨਹੀਂ ਚਲਾ ਰਿਹਾ, ਕੋਈ ਵਿਅਕਤੀ ਸਾਹਮਣੇ ਨਹੀਂ ਆਇਆ। ਮੈਂ ਇੱਥੇ ਬਤੌਰ 112 ਤੇ ਟ੍ਰੈਫਿਕ ਇੰਚਾਰਜ ਲੱਗਾ ਜੇ ਫਲੌਰ ਦੇ ਵਿੱਚ। ਜਿਹੜੇ SSP ਸਾਹਿਬ ਬਹਾਦਰ ਜਲੰਧਰ ਵੱਲੋਂ ਇਹ ਟੀਮਾਂ ਤਿਆਰ ਕੀਤੀਆਂ ਗਈਆਂ, ਇੰਸਪੈਕਟਰ ਨਾਲ ਲਾ ਕੇ ਹਰ ਸਬ ਡਿਵੀਜ਼ਨ ਦੇ ਵਿੱਚ ਵੀ ਤੇ ਨਾਲ ਟ੍ਰੈਫਿਕ ਮੁਲਾਜ਼ਮ ਲਾਏ ਗਏ ਨੇ। 112 ਦੀਆਂ ਟੀਮਾਂ ਲਾਈਆਂ ਗਈਆਂ ਇਹ ਟ੍ਰੈਫਿਕ ਨੂੰ ਕੰਟਰੋਲ ਕਰਨ ਵਾਸਤੇ ਤੇ ਉਹ ਲੁੱਟਾਂ ਖੋਹਾਂ ਨੂੰ ਕੰਟਰੋਲ ਕਰਨ ਵਾਸਤੇ, ਸਨੈਚਿੰਗ ਨੂੰ ਕੰਟਰੋਲ ਕਰਨ ਵਾਸਤੇ ਲਾਈਆਂ ਗਈਆਂ ਜੀ ਸਪੈਸ਼ਲੀ। ਇਹਦੇ ਨਾਲ ਕਾਫੀ ਸਨੈਚਿੰਗ ਵਿੱਚ ਵੀ ਕਾਫੀ ਕੰਟਰੋਲ ਹੋਇਆ ਜੇ। ਬਾਕੀ ਜਿਹੜਾ ਹੈਗਾ ਕੁਛ ਸ਼ਿਕਾਇਤਾਂ ਆ ਰਹੀਆਂ ਵੀ ਸਕੂਲਾਂ ਦੇ ਛੁੱਟੀ ਦੇ ਟਾਈਮ ਜਿਹੜਾ ਗਰਲ ਸਕੂਲ ਆ ਉਹਨਾਂ ਦੇ ਕੁਛ ਮੰਡੀਰ ਵਾਧਾ ਜਿਹੜਾ ਆਣ ਕੇ ਆ ਉਹ ਗੇੜੇ ਮਾਰਦੇ ਆ, ਉਹਨਾਂ ਦੇ ਕਰਕੇ ਸਪੈਸ਼ਲੀ ਅਸੀਂ ਨਾਕੇ ਸਕੂਲਾਂ ਦੇ ਲਾਗੇ ਲਾਉਂਦੇ ਹਾਂ ਜਦੋਂ ਛੁੱਟੀ ਹੁੰਦੀ ਹੈ। ਅਤੇ ਜਿਹੜੇ ਵੀ ਵਹੀਕਲ ਬਿਨਾਂ ਕਾਗਜ਼ਾਂ ਦੇ ਚੱਲ ਰਹੇ ਨੇ ਉਹਨਾਂ ਦੇ ਅਸੀਂ ਸਪੈਸ਼ਲੀ ਚਲਾਨ ਕੱਟ ਰਹੇ ਹਾਂ। ਅੱਜ ਅਸੀਂ ਹੁਣ ਤੱਕ ਤਕਰੀਬਨ 7-8 ਮੋਟਰਸਾਈਕਲ ਬਾਊਂਡ ਕਰ ਚੁੱਕੇ ਹਾਂ ਜਿਹਨਾਂ ਦੇ ਕਾਗਜ਼ ਹੈ ਨਹੀਂ ਸੀ, ਘੱਟੋ ਘੱਟ ਵੀ 12-13 ਚਲਾਨ ਕਰ ਦਿੱਤੇ ਨੇ। ਜਿਹੜੇ ਮੋਟਰ ਵੀ ਕਲੈਕਟ ਦੀਆਂ ਮਤਲਬ ਕਿ ਉਲੰਘਣਾ ਕਰ ਰਹੇ ਸੀ। ਹਾਂਜੀ, ਹੁੱਲੜਬਾਜ਼ਾਂ ਨੂੰ ਮੈਸੇਜ ਇਹੋ ਹੀ ਆ ਵੀ ਉਹ ਆਪਣਾ ਹੁਣ ਆਪਣਾ ਆਪਣੇ ਕੰਮਾਂ ਕਾਰਾਂ ਦੇ ਵਿੱਚ ਨਿੱਜੀ ਧਿਆਨ ਦੇਣ। ਇਹ ਜਿਹੜੀ ਹੁੱਲੜਬਾਜ਼ੀ ਕਰਦੇ ਆਣ ਕੇ ਸਕੂਲਾਂ ਦੇ ਅੱਗੇ ਜਾਂ ਕਾਲਜਾਂ ਦੇ ਅੱਗੇ ਤੁਰੇ ਫਿਰਦੇ ਆ, ਇਹ ਇਹਨਾਂ ਦੇ ਪੂਰੀ ਕੰਟਰੋਲ ਕੀਤਾ ਜਾਊਗਾ। ਇਹਨਾਂ ਦੇ ਚਲਾਨ ਕੱਟੇ ਜਾ ਰਹੇ ਆ, ਜਿਹੜਾ ਕੋਈ ਵੀ ਵਾਰਾਗਰਦ ਜਿਹੜਾ ਫਿਰ ਰਿਹਾ ਵਾ ਉਹਨੂੰ ਬਖਸ਼ਿਆ ਨਹੀਂ ਜਾਊਗਾ। ਹਾਂਜੀ, ਅਸੀਂ ਫਿਲਹਾਲ ਜਿਹੜਾ ਅਵੇਅਰਨੈਸ ਕਰ ਰਹੇ ਹਾਂ ਸਾਰਿਆਂ ਨੂੰ, 18 ਸਾਲ ਤੋਂ ਘੱਟ ਕੋਈ ਵੀ ਵਹੀਕਲ ਨਹੀਂ ਚਲਾਊਗਾ, ਨਹੀਂ ਤੇ ਉਹਨਾਂ ਦੇ ਮਾਂ ਪਿਓ ਨੂੰ ਨਾ ਜਿਹਦੇ ਕੋਲ ਵਹੀਕਲ ਲੈ ਕੇ ਆ ਰਿਹਾ ਉਹਨਾਂ ਨੂੰ ਵੀ ਸਜ਼ਾ ਹੋ ਸਕਦੀ ਹੈ। ਇਹਦੇ ਨਾਲ ਕਾਫੀ ਕੰਟਰੋਲ ਹੋਇਆ ਵਾ, ਕੋਈ ਵੀ 18 ਸਾਲ ਤੋਂ ਘੱਟ ਹਲੇ ਤੱਕ ਨਹੀਂ ਚਲਾ ਰਿਹਾ, ਕੋਈ ਵਿਅਕਤੀ ਸਾਹਮਣੇ ਨਹੀਂ ਆਇਆ।